ਸਤਿ ਸ਼੍ਰੀ ਅਕਾਲ ਦੋਸਤੋ, ਤਾਂ ਹਿਮਾਚਲ ਤੋਂ ਬਾਅਦ ਹੁਣ ਮੈਦਾਨੀ ਇਲਾਕਿਆਂ ਦੀ ਜੇਕਰ ਗੱਲ ਕਰੀਏ ਤਾਂ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਜਿੱਥੇ ਵਧਿਆ ਹੋਇਆ ਨਜ਼ਰ ਆ ਰਿਹਾ, ਉੱਥੇ ਤਸਵੀਰਾਂ ਜਿਹੜੀਆਂ ਬਿਆਸ ਦਰਿਆ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਦੇਖ ਸਕਦੇ ਹੋ ਕਿ ਜੋ ਪਾਣੀ ਦਾ ਪੱਧਰ ਹੈਗਾ ਹੈ ਉਹ ਆਮ ਨਾਲੋਂ ਵਧਿਆ ਹੋਇਆ ਨਜ਼ਰ ਆ ਰਿਹਾ, ਔਰ ਇਸ ਦੇ ਨਾਲ ਹੀ ਜੇਕਰ ਵਹਾਅ ਦੀ ਗੱਲ ਕਰੀਏ ਤਾਂ ਉਹ ਵੀ ਇੱਥੇ ਵੱਧ ਜਿਹੜਾ ਹੈਗਾ ਆਮ ਨਾਲੋਂ ਦੇਖਣ ਨੂੰ ਮਿਲਿਆ। ਤਾਂ ਮੇਰੇ ਨਾਲ ਇਸ ਸਮੇਂ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਇੱਥੇ ਮੌਜੂਦ ਨੇ, ਜਿਨ੍ਹਾਂ ਵੱਲੋਂ ਨੇੜੇ ਦੇ ਖੇਤਰਾਂ ਦੇ ਵਿੱਚ ਗਸ਼ਤ ਕੀਤੀ ਜਾ ਰਹੀ, ਔਰ ਨਾਲ ਹੀ ਜਿਹੜੇ ਲੋਕ ਦਰਿਆ ਦੇ ਨੇੜੇ ਪਾਣੀ ਦਾ ਪੱਧਰ ਦੇਖਣ ਆ ਰਹੇ ਆ ਤਾਂ ਉਹਨਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ। ਤਾਂ ਸਰ, ਪਹਿਲਾਂ ਤਾਂ ਗਸ਼ਤ ਕੀਤੀ ਜਾ ਰਹੀ ਹੈ ਇਲਾਕੇ ਦੇ ਵਿੱਚ, ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ, ਕਿੰਨਾ ਕੁ ਹੈਗਾ ਪਾਣੀ ਜਿਹੜਾ ਤੁਹਾਡੇ ਅਨੁਸਾਰ? ਪਾਣੀ ਅੱਗੇ ਨਾਲੋਂ ਕਾਫੀ ਜ਼ਿਆਦਾ ਵਧਿਆ ਵਾ, ਕਿਉਂਕਿ ਇਹ ਆ ਵੀ ਪਹਾੜੀ ਏਰੀਆ ਦੇ ਵਿੱਚ ਜਿਹੜਾ ਵਾ ਉਹ ਬੱਦਲ ਫਟਣ ਦੇ ਨਾਲ ਜਿਹੜਾ ਪਾਣੀ ਦਾ ਵਾ ਆਪਣੇ ਲੈਵਲ ਤਾਂ ਕਾਫੀ ਵੱਧ ਗਿਆ ਵਾ। ਇਸ ਕਰਕੇ ਜਿਹੜਾ ਵਾ ਵੀ ਮਤਲਬ ਲੋਕਾਂ ਨੂੰ ਜਿਹੜੇ ਆ ਰਹੇ ਨੇ ਦਰਿਆ ਵੇਖਣ, ਉਹਨਾਂ ਨੂੰ ਅਵੇਅਰ ਕਰ ਰਹੇ ਆ ਵੀ ਜਿਹੜਾ ਵੀ ਨਾ ਉਹ ਭਾਵੇਂ ਜ਼ਿਲ੍ਹਾ ਅੰਮ੍ਰਿਤਸਰ ਆ ਚਾਲੇ ਕਪੂਰਥਲਾ ਜ਼ਿਲ੍ਹਾ ਵਾ, ਵੀ ਉਹ ਨਾ ਆਉਣ ਦਰਿਆ ਦੇ ਲਾਗੇ, ਕਿਉਂਕਿ ਪ੍ਰਸ਼ਾਸਨ ਵੱਲੋਂ ਹੈਗੀ ਅਪੀਲ ਅਫਸਰਾਂ ਵੱਲੋਂ ਤੇ ਮਤਲਬ ਨਹੀਂ ਕੋਈ ਨੇੜੇ ਨਾ ਆਵੇ ਕੋਈ। ਹਾਂਜੀ, ਲੋਕਾਂ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਕਾਫੀ ਗਿਣਤੀ ਦੇ ਵਿੱਚ ਲੋਕ ਲਗਾਤਾਰ ਇੱਥੇ ਦੇਖੇ ਜਾ ਰਹੇ ਆ? ਲੋਕਾਂ ਨੂੰ ਇਹੋ ਕਹਿ ਰਹੇ ਆ ਵੀ ਨਾ ਆਓ ਇੱਧਰ ਨੂੰ। ਹਾਂਜੀ, ਸੁਰੱਖਿਆ ਦੇ ਮੱਦੇ ਨਜ਼ਰ ਜਿਹੜੇ ਨਹੀਂ ਆਉਣਾ ਚਾਹੀਦਾ ਇਸ ਤਰ੍ਹਾਂ। ਹਾਂਜੀ।